वार्ड नंबर 67 ਵਿੱਚ ਭੀਮ ਰਾਵ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ। ਚੌਧਰੀ ਮਨੀ ਖੀਵਾ ਚੇਅਰਮੈਨ ਵੈਸਟ ਲੁਧਿਆਣਾ ਕਾਂਗਰਸ ਯੂਥ ਵੈਲਫੇਅਰ ਸੈੱਲ ਦੀ ਅਗਵਾਈ ਹੇਠ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਖੀਵਾ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਕਿਹਾ ਕਿ ਮੇਰਾ ਆਤਮ ਸਨਮਾਨ ਇੰਨਾ ਮਜ਼ਬੂਤ ਅਤੇ ਦ੍ਰਿੜ ਹੈ ਕਿ ਜੇਕਰ ਖੁਦ ਅਖੌਤੀ ਭਗਵਾਨ ਵੀ ਆ ਕੇ ਕਹੇ ਕਿ ਆਪਣੇ ਸੰਕਲਪ ਇਰਾਦੇ ਤੋਂ ਪਿੱਛੇ ਹਟ ਜਾ ਤਾਂ ਵੀ ਮੈਂ ਪਿੱਛੇ ਨਹੀਂ ਹਟਾਂਗਾ। ਪੂਰੀ ਟੀਮ ਕਾਂਗਰਸ ਵੱਲੋਂ ਅੱਜ ਡਾਕਟਰ ਭੀਮ ਰਾਵ ਅੰਬੇਦਕਰ ਜੀ ਦਾ 128ਵਾਂ ਜਨਮ ਦਿਹਾੜਾ ਬੜੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਗਿਆ ਹੈ। ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਬਾਬਾ ਸਾਹਿਬ ਦੀ ਦੇਣ ਹੈ ਬਹੁਤ ਵੱਡੀ। ਅਸੀਂ ਹੋਰ ਨੌਜਵਾਨ ਨੂੰ ਕਹਾਂਗੇ ਬਾਬਾ ਸਾਹਿਬ ਦੇ ਸੋਚ 'ਤੇ ਚੱਲੀਏ, ਬਾਬਾ ਸਾਹਿਬ ਦੇ ਪੂਰਨਿਆਂ 'ਤੇ ਚੱਲੀਏ।